ਖਲੌਰੀ ਬਾਰਡਰ ਤੇ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਨੂੰ ਲੈ ਕੇ ਇਸ ਵਕਤ ਦੀ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਆ। ਨਹੀਂ ਹੋਏਗਾ ਸ਼ੁਭਕਰਨ ਦਾ ਸੰਸਕਾਰ, ਕਿਉਂਕਿ ਕਿਸਾਨ ਲੀਡਰ ਡੱਲੇਵਾਲ ਤੇ ਸਰਵਣ ਪੰਧੀਰ ਨੇ ਇੱਕ ਵੱਡਾ ਐਲਾਨ ਕੀਤਾ। ਉਹਨਾਂ ਕਿਹਾ ਹੈ ਕਿ ਜਿੰਨੀ ਦੇਰ ਕਿਸਾਨ ਸ਼ੁਭਕਰਨ ਦਾ ਇਨਸਾਫ਼ ਨਹੀਂ ਮਿਲਦਾ, ਉਨੀ ਦੇਰ ਅਸੀਂ ਸੰਸਕਾਰ ਨਹੀਂ ਕਰਾਂਗੇ। ਜਗਜੀਤ ਸਿੰਘ ਡੱਲੇਵਾਲ ਨੇ ਤਾਂ ਇੱਥੋਂ ਤੱਕ ਕਿਹਾ ਕਿ ਪਰਿਵਾਰ ਸਾਡੇ ਨਾਲ ਹੈ, ਔਰ ਪਰਿਵਾਰ ਨੇ ਕਿਹਾ ਕਿ ਜਿਵੇਂ ਕਿਸਾਨ ਲੀਡਰ ਕਹਿਣਗੇ ਉਵੇਂ ਹੀ ਅਸੀਂ ਕਰਨਾ ਹੈ, ਕਿਉਂਕਿ ਨੌਜਵਾਨ ਸ਼ੁਭਕਰਨ ਵੀ ਕਿਸਾਨ ਲੀਡਰਾਂ ਦੇ ਦੱਸੇ ਹੋਏ ਮਾਰਗ ਤੇ ਚੱਲ ਰਿਹਾ ਸੀ। ਕਿਸਾਨੀ ਅੰਦੋਲਨ 'ਚ ਉਹ ਕਿਸਾਨ ਲੀਡਰਾਂ ਦੇ ਦਿੱਤੇ ਗਏ ਨਿਰਦੇਸ਼ਾਂ ਦੀ ਹੀ ਪਾਲਣਾ ਕਰ ਰਿਹਾ ਸੀ, ਇਸ ਲਈ ਜਿਸ ਜੰਗ 'ਚ ਲੜਦੇ ਹੋਏ ਉਹ ਸ਼ਹੀਦ ਹੋਏ ਹੈ, ਉਹੀ ਜੰਗ ਜਿੱਤ ਕੇ ਸ਼ੁਭਕਰਨ ਨੂੰ ਸ਼ਾਂਤੀ ਮਿਲੇਗੀ। ਤੁਹਾਨੂੰ ਦੱਸ ਦਈਏ ਕਿਸਾਨ ਲੀਡਰ ਜਗਜੀਤ ਡੱਲੇਵਾਲ ਤੇ ਸਰਵਣ ਪੰਧੀਰ ਸ਼ੁਭਕਰਨ ਦੇ ਘਰ ਜਾਂਦੇ ਨੇ, ਉੱਥੇ ਮਿਲਦੇ ਨੇ ਪੂਰੇ ਪਰਿਵਾਰ ਨੂੰ, ਤੇ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਵਿੱਚ ਉਹ ਵੱਡਾ ਖੁਲਾਸਾ ਕਰਦੇ ਨੇ। ਉਹ ਕਹਿੰਦੇ ਨੇ ਕਿ ਜਿੰਨੀ ਦੇਰ ਸ਼ੁਭਕਰਨ ਨੂੰ ਇਨਸਾਫ਼ ਨਹੀਂ ਮਿਲਦਾ, ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਸੰਸਕਾਰ ਨਹੀਂ ਹੋਏਗਾ ਸ਼ੁਭਕਰਨ ਦਾ। ਇਹ ਸਪੈਸ਼ਲ ਪ੍ਰੈਸ ਕਾਨਫਰੰਸ ਕਰਕੇ ਕਿਸਾਨ ਲੀਡਰਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਤੇ ਪੰਜਾਬ ਸਰਕਾਰ ਦਾ ਸਮਰਥਨ ਵੀ ਕੀਤਾ। ਉਹਨਾਂ ਕਿਹਾ ਕਿ ਜੋ ਭਗਵੰਤ ਮਾਨ ਦੇ ਵੱਲੋਂ ਪਰਿਵਾਰ ਨਾਲ ਖੜੇ ਹੋ ਕੇ ਉਹਨਾਂ ਨੂੰ ਜੋ ਮਦਦ ਲਈ ਰਾਸ਼ੀ ਦਿੱਤੀ ਗਈ ਹੈ ਉਹ ਵੀ ਵਧੀਆ ਗੱਲ ਹੈ, ਪਰ ਇਨਸਾਫ਼ ਲਈ ਅਸੀਂ ਹਰ ਤਰ੍ਹਾਂ ਦੇ ਸੰਘਰਸ਼ ਲਈ ਤਿਆਰ ਹਾਂ। ਕਿਸਾਨ ਲੀਡਰਾਂ ਦਾ ਇਹ ਵੱਡਾ ਬਿਆਨ ਹੈ ਦੋਸਤੋ ਸ਼ੁਭਕਰਨ ਨੂੰ ਲੈ ਕੇ। ਕਿਸਾਨ ਸ਼ੁਭਕਰਨ ਨੂੰ ਜਲਦੀ ਇਨਸਾਫ਼ ਮਿਲੇ, ਉਹਦੇ ਲਈ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ।